ਨੀ ਜਿਨ ਗੁਲਾਬ ਦੀ ਰੱਖੀ ਸੱਚੇ ਬੋਲਾਂ ਕੰਨਿਆਂ ਨੇ।
ਸੰਗਤ ਕਰਨ ਦੀ ਵੀ ਮਰਿਆਦਾ ਹੈ ਜਿਹਦੇ ਦਿਹਾੜੇ ਮਨਾ ਰਹੇ ਹੋ ਨਾ
ਕਰਨ ਦੀ ਵੀ ਮਰਿਆਦਾ ਦੱਸੀ ਹੈ। ਉਹ ਫਿਰ ਕਹਿੰਦੇ ਆ 2% ਇਹਦਾ ਮਤਲਬ ਪਤਾ ਕੀ ਹੈ ਜੀ, ਸਾਡੀ ਗਿਣਤੀ 2% ਨਹੀਂ ਹੈ। ਉਹਨਾਂ ਨੂੰ ਪਤਾ ਕਿ ਗੁਰੂ ਦਾ ਹੁਕਮ ਮੰਨਣ ਵਾਲੇ ਕੇਵਲ ਤੇ ਕੇਵਲ 2% ਨੇ, ਗਿਣਤੀ 2% ਨਹੀਂ। ਉਹ ਉਹਨਾਂ ਦੀ ਗਿਣਤੀ ਕਰਦੇ ਜਿਹੜੇ ਜਿਉਂਦੇ ਨੇ, ਜਿਹੜੇ ਜਾਗਦੇ ਨੇ, ਤੇ ਜਿਹਦੀ ਹਜ਼ੂਰੀ ਚ ਬੈਠੇ। ਸਾਹਿਬ ਕਹਿੰਦੇ ਪਿਛੋਂ ਰਾਤ ਨਾ ਤੱਕ ਕੋਈ ਜਿਉਂਦੇ ਜੋ ਮੋਇਓ, ਜਿੱਦਾਂ ਪੁਸ਼ਕਰ ਦੀ ਲਾਸ਼ ਹੈ ਜੋ ਆਪਣਾ ਨਿਤ ਨੇ ਵੀ ਨਾ ਸਮਝਿਆ। ਕਿੱਥੇ ਗੁਰੂ ਦਾ ਸਨਾਤ, ਗੁਰੂ ਦੀ ਗੱਲ ਆ। ਮੋਦੀ ਸ਼ੋਦੀ ਅੱਗੇ ਕੁਝ ਨਹੀਂ ਕਰ ਸਕਦੇ, ਤਾਂ ਹੀ ਆ ਰਹੀ ਆ ਰਹੀ ਹੈ। ਉਹ ਰੰਗ ਦੇ ਚੜ ਕੇ ਆਇਆ ਸੀ ਪਰਿਵਾਰ ਦੀ, ਲੋਕ ਨਾ ਕਹਿੰਦਾ ਸੀ ਮੈਂ, ਉਹ ਸਾਗਰ ਬਣ ਕੇ ਆਇਆ ਸੀ, ਸਾਗਰ ਤੂਫਾਨ ਬਣ ਕੇ ਆਇਆ ਸੀ। ਕਲਗੀ ਧਰਮ ਪਾਤਸ਼ਾਹ ਨੇ ਠੱਲ ਲਾ ਦਿੱਤੀ, ਤੁਹਾਡੇ ਬੰਦੇ ਸਾਰਾ ਸਰਬੰਸ ਹੀ ਮਾਰ ਦਿੱਤਾ। ਗੁਰਦੇਵ ਪਿਤਾ ਨੂੰ ਕਲਗੀ ਧਰਮ ਪਾਤਸ਼ਾਹ ਨੂੰ ਯਾਦ ਕਰੋ ਦੀ ਕੁਰਬਾਨੀ ਨੂੰ, ਤੇ ਤੁਹਾਡੇ ਸਿਰਾਂ ਤੇ ਚੁੰਨੀਆਂ ਰਹਿ ਜਾਣ ਤੇ ਭਾਈਆਂ ਦੇ ਸਿਰਾਂ ਤੇ ਦਸਤਾਰਾਂ। ਜਦ ਮੈਨੂੰ ਜਾਪਦਾ ਨੀ ਉਹ ਪੈਣ ਅਸੀਂ ਹੋਵੇਗੀ, ਜੇ 100% ਦੇ ਵਿੱਚੋਂ ਅੰਕੜਾ ਕਹਿੰਦਾ ਤੇ ਕੇਵਲ 3% ਬੀਬੀਆਂ ਐਸੀਆਂ ਨੇ ਜਿਹੜੀਆਂ ਜਾ ਕੇ ਬਿਊਟੀ ਪਾਰਲਰਾਂ ਤੇ ਆਪਣਾ ਮੂੰਹ ਸਿਰੇ ਬਣਾਉਂਦੇ ਨੇ। ਫਿਰ ਤੁਹਾਡੇ ਘਰ ਦੇ 10 ਕੱਖ ਕਿੱਥੋਂ ਜਨਮ ਲੈ ਲਏਗਾ? ਪਰਦਾ ਰਿਸ਼ੇ ਮਿਲੂਗਾ, ਕਿੱਥੋਂ ਪੈਦਾ ਹੋ ਜਾਏਗਾ? ਬਾਬੇ ਸਾਹਮਣੇ ਮਰ ਗਏ, ਕਿੱਥੋਂ ਪੈਦਾ ਹੋ ਜਾਣਗੇ? ਗੁਰੂ ਦੀ ਗੱਲ ਤੇ ਸੁਣੀ ਨਹੀਂ ਕਿ ਗੁਰੂ ਦਾ ਦੁਆਰਾ ਹੈ। ਆਪਣੇ ਟੋਲਿਆਂ ਨੂੰ ਛੱਡਣ ਦਾ ਯਤਨ ਕਰੋ, ਦੋਵੇਂ ਹੱਥ ਬੰਨ ਕੇ ਬੇਨਤੀ ਹੈ। ਸਾਡੀ ਕੌਮ ਦੀ ਸਭ ਤੋਂ ਵੱਡੀ ਤਰਾਜਦੀ ਹੈ ਜੀ, ਇਤਿਹਾਸ ਦੀ ਕਮੀ ਨਹੀ�ं, ਕੋਈ ਇਹੋ ਜਿਹਾ ਬੁਲਾਰਾ ਨਹੀਂ ਜਿਹੜਾ ਇਤਿਹਾਸ ਨਹੀਂ ਦੱਸਦਾ। ਪਰ ਜੋ ਗੁਰੂ ਕਹਿੰਦਾ ਹੈ, ਜੋ ਗੁਰੂ ਦਾ ਸਿਧਾਂਤ ਹੈ, ਉਸ ਸਿਧਾਂਤ ਤੋਂ ਅਸੀਂ ਬਹੁਤ ਪਿੱਛੇ, ਬਹੁਤ ਬਿਉਂਤਰ ਹਾਂ। ਦੋਵੇਂ ਹੱਥ ਬੰਨ ਕੇ ਬੇਨਤੀ ਹੈ। ਅਜੇ ਵੀ ਕੁਝ ਭੈਣਾਂ ਜਿਹੜੀਆਂ ਨੇ ਉਹਨਾਂ ਗੁਰੂ ਵੱਲ ਨੂੰ ਪਿੱਠ ਕੀਤੀ ਹੈ। ਬੱਚਿਆਂ ਦਾ ਕੰਮ ਹੈ ਰੌਲਾ ਪਾਉਣਾ, ਮਾਂ ਦਾ ਕੰਮ ਹੈ ਸਮਝਾਉਣਾ। ਮਾਂ ਜਿਹੜੀ ਹੈ ਸਭ ਤੋਂ ਵੱਡੀ ਗੁਰੂ ਹੈ। ਗੁਰੂ ਇਤਿਹਾਸ ਦੇ ਮੁਤਾਬਕ ਜਿਹੜਾ ਗੁਰਬਾਣੀ ਤੋਂ ਤੁਹਾਨੂੰ ਬਾਹਰ ਕਰਕੇ ਯਾਦ ਰੱਖਿਆ, ਜੋ ਇਤਿਹਾਸ ਇਤਿਹਾਸ ਨਹੀਂ, ਜਿਹੜਾ ਗੁਰਬਾਣੀ ਦੀ ਕਿਸਮਤੀ ਦੇ ਖਰਾ ਨਹੀਂ ਹੁੰਦਾ, ਉਹੀ ਗੱਲ ਕਰਾਂਗਾ ਜੋ ਗੁਰਬਾਣੀ ਦੀ ਕਿਸਮਤੀ ਦੇ ਖਰਾ ਹੁੰਦੇ। ਦੋਵੇਂ ਹੱਥ ਬੰਨ ਕੇ ਬੇਨਤੀ ਹੈ, ਇਹ ਤਰਲਾ ਹੈ ਤੁਹਾਡੇ ਗੱਲ, ਇਹ ਕੌਮ ਦੀ ਤਰਾਸ਼ਦੀ ਹੈ। ਇੰਨੀ ਕਾਮਾਂ ਬੋਲੀ ਕੋਈ ਬਾਹਰ ਖੜੀ ਕਰਕੇ ਆਖੇ ਕਿ ਬਾਬਾ ਕਿਹੜਾ ਸ਼ਬਦ ਬੈਨ ਕਰਕੇ ਗਿਆ, ਅਖੀਰ ਵਾਰੀ ਦੱਸ ਦਿਓ। ਰੋਟੀਆਂ ਕਾਰਨ ਪੂਰੇ ਤਾਂ ਦੋਵੇਂ ਹੱਥ ਬੰਨ ਕੇ ਬੇਨਤੀ ਹੈ। ਇਹ ਨਾ ਕੋਈ ਬਾਬਾ ਗਰਮ ਬੋਲਦਾ, ਕੋਈ ਗਰਮ ਨਹੀਂ ਬੋਲਦਾ। ਤੁਹਾਨੂੰ ਪਤਾ ਤੁਹਾਡੇ ਬੱਚੇ ਪਤਲੇ ਕਿਉਂ ਹੋ ਰਹੇ? ਜਿਹਦੀ ਜ਼ਮੀਨ ਬੰਜਰ ਹੋਵੇ, ਉਸ ਬੰਜਰ ਜ਼ਮੀਨ ਤੇ ਤੁਸੀਂ ਉਪਜਾਓ ਫਸਲ ਦਾ, ਇਹ ਨਹੀਂ ਮਾਨਾ ਕਰ ਸਕਦੇ ਕਿੰਨੇ ਕਿੰਨਾ ਝਾੜ ਦੇਣਾ। ਜੇ ਜ਼ਮੀਨ ਬੰਦਰੀ ਹੈ, ਸਿਆਣਾ ਪਛਾਣ ਦੱਸ ਦੇਗਾ ਵੀ ਇਹਦੇ ਵਿੱਚੋਂ ਇੰਨਾ ਝਾੜ ਨਿਕਲੇ। ਜੇ ਜ਼ਮੀਨ ਹੀ ਬੰਦਰ ਹੈ, ਉਸ ਬੰਦਰ ਜ਼ਮੀਨ ਦੇ ਉੱਪਰ ਉਪਜਾਓ ਫਸਲ ਦੀ ਤੁਸੀਂ ਬਿਲਕੁਲ ਵੀ ਨਿਸ਼ਾ ਨਹੀਂ ਕਰ ਸਕਦੇ ਕਿ ਇੱਥੇ ਹਾਂ ਫਸਲ ਉਪਜੇਗੀ ਔਰ ਇੰਨੀ ਉਪਜੇਗੀ। ਦੋਵੇਂ ਹੱਥ ਮੰਗ ਕੇ ਬੇਨਤੀ। ਬਾਬਾ ਸਾਵਣ ਵਾਲੇ ਕਿਤੇ ਛੋਟੀ ਤਾਕਤ ਸੀ, ਉਹਦੇ ਦੁਆਰੇ ਤੇ ਆਇਆ ਤੱਕ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮੰਗਦਾ ਹਜ਼ੂਰੇ ਅੰਦਰ ਦੇ ਤੁਹਾਨੂੰ 1430 ਅੱਗ ਲਿਖੀ ਰੂਪ ਦਿੱਤੇ ਕਿ ਪਿਓ ਦੇ ਦਾਦੇ ਤੱਕ ਜਾਣਾ ਹੈ। ਤੁਹਾਡੇ ਘਰ ਦਾ ਇੱਕ ਮਰਦਾ ਵੀ ਕੋਈ ਇੱਕ ਟੱਪਾ ਵੀ ਇੱਧਰ ਉੱਧਰ ਕਰਦੇ ਤੇ ਕਹਿੰਦੇ ਸਾਡੇ ਪਿਓ ਦੀ ਹੈ, ਅਸੀਂ ਹਿੱਸਾ ਲੈਣਾ ਹੈ, ਇਹਦੇ ਵਿੱਚ ਵੀ ਵੜਾਓ। ਇਹ ਵੀ ਗੁਰਦੇਵ ਨੇ ਕਿਹਾ ਕਿ ਉਹ ਦਾਦੇ ਦਾ ਕੋਲ ਮਿੱਠਾ ਖਜ਼ਾਨਾ ਤਾਂ ਮੇਰੇ ਮਨ, ਇਹ ਵੀ ਪਿਓ ਦੇ ਦਾਦੇ ਦਾ ਹੈ। 60 ਲੱਖ ਦੀ ਗੱਡੀ ਲੈਣੀ ਦਾ ਉੱਤੇ ਕਾਗਜ਼ ਦੇ ਵਾਰੰਟੀ ਦਿੰਦਾ, ਗਰੰਟੀ ਨਹੀਂ ਦਿੰਦਾ ਬਾਬਾ ਜੀ, ਵਾਰੰਟੀ ਲਿਖ ਕੇ ਦਿੰਦਾ, ਵਾਰੰਟੀ ਤੋਂ ਬਾਅਦ ਠੀਕ ਕਰਵਾ ਕੇ ਦੇ ਦਿਆਂਗਾ, ਬਦਲੀ ਨਹੀਂ ਕਰ ਸਕਦੀ। 60 ਲੱਖ ਦੀ ਗੱਡੀ ਲੈ ਕੇ ਆ ਜਾਂਦੇ ਆ, ਮੇਰੇ ਬਾਪ ਨੇ ਤੁਹਾਨੂੰ 1430 ਅੰਗਾਂ ਵਿੱਚ ਲਿਖਤੀ ਰੂਪ ਦਿੱਤਾ। ਗੁਰਦੇਵ ਜੀ ਦੇ ਦਾਦਾ ਦੋਸ਼ ਨਾ ਦੇ ਹੁਣ ਕਿੱਸਾ ਹੈ, ਦੋਸ਼ ਕਰਮਾ ਆਪਣੇ ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦਿੱਤਾ ਹੈ ਦੂਜਿਆਂ ਨੂੰ, ਦੋਸ਼ ਨਾ ਦਿਓ। ਰਾਤ ਖਾਲਸੇ ਨੇ ਕਰਨਾ ਹੈ, ਤੇ ਖਾਲਸ ਤੋਂ ਬਾਅਦ ਹੈ ਸ਼ੁੱਧ ਪਿਓਰ, ਬਿਲਕੁਲ ਖਾਲਸ ਖੜ੍ਹ ਲੱਗੀ ਦਾ ਹੋਇਆ। ਤੇ ਸਾਡੇ ਵਿੱਚ ਇੰਨੀ ਲੱਚਰਤਾ ਆ ਗਈ ਕਿ ਅਸੀਂ ਗੁਰੂ ਦੀ ਗੱਲ ਗੁਰੂ ਦੀ ਮੂਰੀ ਵਿੱਚ ਬਹਿ ਕੇ ਆਪਣੀ ਲੱਚਰਤਾ ਫੈਲਾ ਰਹੇ।
ਦੋਵੇਂ ਹੱਥ ਬੰਨ ਕੇ ਬੇਨਤੀ ਹੈ। ਤੁਲਸੀਦਾਸ ਕਹਿੰਦਾ ਜਨਮੀ ਜਨਮ ਤੋਂ ਭਗਤ ਜਨ ਕਹਿ ਦਾਤਾ ਕਹਿ ਸੂਰ ਨਹੀਂ ਤੋਂ ਜਨਮੀ ਬੰਦ ਹੈ ਸਾਡੇ ਗੁਰਬਾਂ ਦੇ ਦੂਰ ਤੋਂ ਆਪਣਾ ਕਪਾਉਂਦੀ ਹੈ। ਯਾਦ ਰੱਖੋ ਕਰਨੀ ਤਰ ਪਾਤਸ਼ਾਹ ਦੀ ਕੁਰਬਾਨੀ, ਤੇ ਯਾਦ ਰੱਖਿਆ ਉਸ ਮਾਂ ਨੂੰ ਮਾਂ ਗੁਜਰੀ ਦੇ ਪਿਆਰ ਕਰਨੀ ਤਰ ਪਾਤਸ਼ਾਹ ਨੇ ਤੈਨੂੰ ਕਿਉਂ ਲਿਆ, ਕੀ ਕਾਰਨ ਸੀ? ਸਭ ਤੋਂ ਪਹਿਲਾਂ ਮਾਂ ਦੀ ਗੱਲ ਆਈ ਤੇ ਫਿਰ ਪਿਤਾ ਦੀ ਗੱਲ ਆਈ। ਮਾਂ ਕੀ ਰੱਖ ਪਿਤਾ ਬਿਨ ਧਾਰਾ, ਪਹਿਲਾਂ ਮਾਂ ਦੀ ਗੱਲ ਆਉਂਦੀ ਹੈ ਫਿਰ ਪਿਤਾ ਦੀ ਆਉਂਦੀ। ਪਰ ਦੋਵੇਂ ਪਹਿਲੂ ਤੁਹਾਡੀ ਕਦਮਤ ਵਿੱਚ ਰੱਖਣ ਦਾ ਯਤਨ ਕਰਾਂਗੇ। ਮੇਰਾ ਮਨ ਕੋਈ ਹੋਰ ਸੀ ਪਰ ਤੁਹਾਡੀ ਨਜ਼ਾਕਤ ਨੂੰ ਸਮਝ ਲਿਆ, ਪ੍ਰਸੰਗ ਦਾ ਪ੍ਰਕਰਨ ਹੋ ਕੇ ਰੋਣ ਲੱਗਾ। ਗੁਰੂ ਕਿਰਪਾ ਕਰੇ ਕਿ ਸਾਨੂੰ ਸਮਾਪਤ ਬਖਸ਼ੇ ਹੋਵੇ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜਨਮ ਹੋਇਆ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਹਜ਼ੂਰ ਦੇ ਦਰਬਾਰ ਸੰਗਤੀ ਰੂਪ ਵਿੱਚ ਬੈਠੇ ਤੇ ਕਥਾ ਸ਼੍ਰਵਣ ਕਰ ਰਹੇ ਸੀ ਤੇ ਗੁਰੂ ਦੇ ਸਿੱਖਾਂ ਨੇ ਆਖਿਆ ਕਿ ਸਹਿਬਾ ਸਾਹਿਬਜ਼ਾਦੇ ਦਾ ਅਵਤਾਰ ਹੋਇਆ, ਜਨਮ ਹੋਇਆ, ਪੰਜ ਪਿਆਰੇ ਪੰਜ ਪੀਰ ਸ਼ਖੂ ਪੀਰ ਬੈਠਾ ਕਰਤਾਰੀ ਅਰਜਨ ਕਾਇਆ ਪਲਟ ਕੇ ਮੂਰਤ ਇਹਦੇ ਤੁਹਾਡੇ ਘਰ ਸਾਹਿਬਜ਼ਾਦੇ ਦਾ ਜਨਮ ਹੋਇਆ ਅਡੋਲ ਬੈਠੇ ਰਹਿ ਗੁਰਦੇਵ। ਇਹਦੇ ਕਥਾ ਦੀ ਸਮਾਪਤੀ ਤੋਂ ਬਾਅਦ ਗੁਰੂ ਕੇ ਸਿੱਖਾਂ ਨੂੰ ਆਖਿਆ ਵੀ ਹੁਣ ਗੱਲ ਕਰੋ, ਦੱਸੋ ਕੀ ਗੱਲ ਹੈ? ਕਹਿੰਦੇ ਕਿ ਤੁਹਾਡੇ ਘਰ ਸਾਹਿਬਜ਼ਾਦੇ ਜਨਮ ਲਿਆ, ਇਹਦੇ ਖੁਸ਼ੀ ਦੀ ਗੱਲ ਹੈ, ਅਰਦਾਸ ਬੇਨਤੀ ਹੋਵੇਗੀ, ਸਮਾਪਤੀ ਹੋਵੇਗੀ ਤੇ ਫਿਰ ਇੱਥੋਂ ਮੇਰਾ ਨੂੰ ਕਰਾਂਗੇ। ਇਹ ਗੁਰੂ ਦੀ ਹਜ਼ੂਰੀ ਹੈ, ਗੁਰੂ ਦੀ ਬਾਰਗਾਹ ਹੈ, ਦੋਵੇਂ ਹੱਥ ਬੰਨ ਕੇ ਬੇਨਤੀ ਹੈ। ਸਾਡਾ ਫਰਜ਼ ਦੱਸਣਾ, ਅਸੀਂ ਇਹਦੇ ਦਰ ਦੇ ਦੁੱਤੇ ਨਾ ਦੁੱਤਾ ਖਾਂਦੇ ਹਾਂ, ਕੋਈ ਮੰਨੇ ਤੇ ਨਾ ਮੰਨੇ ਅਸੀਂ ਮੰਨਦੇ ਹਾਂ। ਮੈਂ ਕੁੱਤਾ ਛੁੱਟੀ ਲਾਉਂਦੇ ਹਾਂ, ਗੁਰਦੇਵ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪ੍ਰਚਾਰ ਦੇ ਦੌਰੇ ਤੇ ਆਪਣੇ ਆਪ ਨੂੰ ਕੁੱਕੇ ਸ਼ਬਦ ਵਰਤੇ, ਉਹਨੂੰ ਰੋੜੇ ਵੀ ਮਾਰੇ ਸੀ। ਸੱਚ ਨੂੰ ਸੱਚ ਕਹਿਣਾ ਬਹੁਤ ਵੱਡੀ ਗੱਲ ਹੈ, ਪਰ ਸੱਚ ਨੂੰ ਸੱਚ ਮੰਨ ਲੈਣਾ ਇਹ ਉਸ ਤੋਂ ਵੀ ਵੱਡੀ ਗੱਲ ਹੈ। ਗੁਰਦੇਵ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਸੱਚ ਦੀ ਬਾਤ ਖਾਈ, ਉਹਨਾਂ ਕਹਿੰਦੇ ਉਹਨੂੰ ਭੂਤ ਚਿੰਬੜ ਗਏ, ਕੋਈ ਆਖੇ ਭੂਤਣਾ, ਉਹ ਕਹੇ ਬਿਤਾਲਾ, ਕੋਈ ਆਖੇ ਆਦਮੀ ਨਾਨਕ ਬਿਤਾਲਾ। ਉਹ ਕਹਿੰਦੇ ਬੰਦੂਕ ਹੈ ਤੁਸੀਂ ਬਹੁਤ ਸਾਨੂੰ ਭੂਤ ਚਿੰਬੜ ਗਏ ਬੰਦੂਕ ਹੈ, ਪਰ ਗੁਰੂ ਦੀ ਜਿਹੜੀ ਸੱਚੀ ਗੱਲ ਹੈ ਉਹ ਤੁਹਾਡੀ ਖਿਦਮਤ ਵਿੱਚ ਰੱਖਾਂਗੇ। ਸਰ ਕਹਿੰਦੇ ਤੁਸੀਂ ਕਿਹੜੀਆਂ ਗੱਲਾਂ ਕਰਦੇ, ਅਸੀਂ ਕਹਿੰਦੇ ਦਾਦੇ ਕੁੱਕਰ ਆ ਇੱਥੇ ਕੁੱਕਰ ਹੋ ਮੈਂ ਕਰਨਾ ਤੇ ਤਾਂ ਵੀ ਸਾਡਾ ਨਹੀਂ ਕਿਤੇ ਭੋਗਦਾ ਇਸ ਤਰਤਾਈ ਨੂੰ ਭੋਗ ਕੇ ਤੁਹਾਨੂੰ ਦੱਸ ਰਿਹਾ ਗੁਰੂ ਤੁਹਾਡਾ ਕਹਿ ਰਹੇ। ਤੋ ਅਗਲੀ ਗੱਲ, ਇੱਕ ਵੀ ਤੁਹਾਡੇ ਚੋਂ ਇੱਕ ਦੇ ਠੋਕਰ ਲੱਗ ਗਈ, ਗੁਰਦੇਵ ਕਹਿੰਦੇ ਕਿਣਕਾ ਇੱਕ ਜਿਸ ਜੀਵ ਸਾਵ ਹੈ ਬਾਕੀ ਮਹਿਮਾ ਮਹਿਮਾ ਨੂੰ ਕੋਈ ਗਿਆਨ ਨਹੀਂ ਕਰ ਸਕਦਾ, ਬਿਆਨ ਨਹੀਂ ਕਰ ਸਕਦਾ। ਉਹ ਕਹਿੰਦੇ ਜੇ ਖਸਮ ਹੋਵੇਗਾ ਨਾ ਸੱਚ ਤੇ ਹੱਕ ਦੀ ਸੁਣਨ ਵਾਲਾ ਤੇ ਫਿਰ ਉਹ ਆਪਦੇ ਖਸਮ ਦੇ ਨਾਂ ਨੂੰ ਛੱਡ ਕੇ ਜਾਂਦਾ ਨਹੀਂ। ਇਸ ਕਰਕੇ ਗੁਰੂ ਦੀ ਬਾਰਗਾਹ ਦੇ ਅੰਦਰ ਇਸੇ ਤਰ੍ਹਾਂ ਸ਼ਾਂਤੀ ਬਣਾਈ ਰੱਖੋ, ਤੁਸੀਂ ਸਾਨੂੰ ਬੁਲਾਇਆ ਇਸ ਸਾਰਥ ਵਾਸਤੇ ਮੈਂ ਕੋਸ਼ਿਸ਼ ਕਰਾਂਗਾ ਤੜਦੇ ਨਾ ਤੇ ਤੁਹਾਡੀ ਕਿਸਮਤ ਦੇ ਖੜਾ ਉੱਤਰ, ਪਰ ਬੇਨਤੀ ਹੈ ਇਹ ਤਾਂ ਹੀ ਸੰਭਵ ਹੈ ਜੇ ਤੁਸੀਂ ਸਾਥ ਦੇ ਉੱਤੇ ਆਓ। ਗੁਰੂ ਕਰਕੇ ਤਾਂ ਸੱਚੇ ਪਾਤਸ਼ਾਹ ਮਹਾਰਾਜ ਦੀ ਕੁਰਬਾਨੀ ਨੂੰ ਕਰੋ ਡਾਲ ਬਣੋ ਨਰਪੁਰ ਦੇ ਵਾਸੀ ਮਾਤਾ ਸਾਹਿਬ ਕੌਰ ਦੇ ਦੁਲਾਰੇ। ਇਹ ਕਲਾ ਕਲਾ ਸ਼ਬਦ ਜਿਹੜਾ ਮੈਂ ਤੁਹਾਨੂੰ ਬੋਲ ਰਿਹਾ ਨਾ ਇਹ ਗੁਰਬਾਣੀ ਦੀ ਕਸਰਤੀ ਤੇ ਐਨ ਖਰਗ ਕੀਤਾ ਹੋਇਆ ਹੈ ਨੀ, ਇੱਕ ਬੁਲਾਰੇ ਨੂੰ ਬੋਲਣ ਲੱਗਿਆ ਇੱਕ ਘੰਟਾ ਦੇ ਬੋਲੇ ਤੇ 30 ਘੰਟੇ ਨੂੰ ਪੜ੍ਹਨਾ ਪੈਂਦਾ, ਫਿਰ ਬੁਲਾਰੇ ਜਾ ਕੇ ਗੁਰੂ ਸੰਗਤ ਦੇ ਅੱਗੇ ਬੋਲਦਾ, ਪਰ ਫਿਰ ਵੀ ਜੇ ਤੁਸੀਂ ਆਪਣੇ ਟੋਟੇ ਬਣਾ ਕੇ ਆਪਣੀ ਗੱਲਾਂ ਕਰਕੇ ਚਲੇ ਜਾਣਾ ਹੈ ਫਿਰ ਸਾਹਿਬ ਦੀ ਬਾਰਗਾਹ ਦੇ ਅੰਦਰ ਆਉਣ ਦਾ ਕੋਈ ਫਾਇਦਾ ਨਹੀਂ। ਗੁਰਦੇਵ ਕਹਿੰਦੇ ਪਤਾ ਚੱਕੀ ਜੋ ਭਰੇ ਨਾ ਗੁਣ ਨਾ ਉਪਕਾਰ, ਉਹ ਗੱਲ ਨਾ ਕਰੀਏ ਸਾਲ ਬਾਅਦ ਦਿਹਾੜਾ ਆਉਣਾ, ਸਾਲ ਬਾਅਦ ਅਸੀਂ ਇੱਕ ਦਿਨ ਵੀ ਆਹ ਸਮਾਂ ਨਹੀਂ ਕੱਢ ਪਾਉਂਦੇ ਗੁਰੂ ਵਾਸਤੇ, ਇਹੀ ਦਸਵਾਂ ਦਸਵਾਂ ਨੂੰ ਆਓ ਸੋਚੀ ਲੈ ਕੇ ਜਾਣਾ ਬੇਨਤੀ ਹੈ ਦੋਵੇਂ ਹੱਥ ਬਣ ਕੇ। ਗੁਰੂ ਕਰਕੇ ਤਾਂ ਸੱਚੇ ਪਾਤਸ਼ਾਹ ਮਹਾਰਾਜ ਹਜ਼ੂਰੀ ਅੰਮ੍ਰਿਤ ਦੀ ਕੁਰਬਾਨੀ ਨੂੰ ਕਰੋ ਦਾਤ,
ਨਰਮੇ ਦੇ ਵਾਸੀ ਬਣ ਗਏ ਤੇ ਮਾਤਾ ਸਾਹਿਬ ਕੋਲ ਵੀ ਬੁਲਾ ਰਹੇ। ਜਿਹੜਾ ਮੇਰੇ ਗੁਰਦੇਵ ਦਾ ਹੁਕਮ ਹੈ ਨਾ, ਮੇਰੇ ਸਾਹਿਬ ਦਾ ਜੋ ਹੁਕਮ ਹੈ, ਉਹ ਸਾਰਿਆਂ ਨੇ ਮੈਂ ਬੇਨਤੀ ਹੈ ਦੀਵਾਨ ਹਾਲ ਗੂੰਜਣਾ ਚਾਹੀਦਾ, ਜਿਵੇਂ ਗੱਲਾਂ ਦਾ ਵੀਡੀਓ ਗੂੰਜਦਾ ਸੀ ਉਵੇਂ ਗੁਰੂ ਦੀ ਗੱਲ ਨਾਲ ਵੀ ਗੂੰਜਣਾ ਚਾਹੀਦਾ। ਗੁਰੂ ਤੇ ਹੈਰਾਨਗੀ ਹੁੰਦੀ ਹੈ ਵੀ ਗੁਰੂ ਦਾ ਵਜ਼ੀਰ, ਗੁਰੂ ਕਰਦਾ ਗ੍ਰੰਥੀ, ਗੁਰੂ ਕਰਦਾ ਅਦਾਸੀਆ ਨਿਵਾਸ ਕਰਦਾ ਹੈ, ਤੇ ਉਹ ਬੰਦ ਆਖਰੀ ਬੰਦ ਜਿਹੜਾ ਅਖੀਰੀ ਬੰਦ ਹੁੰਦਾ ਹੈ, ਉਸ ਬੰਦ ਦੇ ਆਖਰੀ ਸ਼ਬਦ ਵਰਤਦਾ ਬੋਲੋ ਜੀ ਚਾਰ ਕੀ ਜਾਣੇ ਬੋਲਦੇ, ਵੀ ਚਾਰ ਕੀ ਜਾਣੇ ਅਰਦਾਸ ਵਿੱਚ ਸ਼ਾਮਿਲ ਹੈ, ਬਾਕੀ ਨਹੀਂ, ਬਾਕੀਆਂ ਨੂੰ ਨਹੀਂ ਆਖਿਆ ਭਾਈ ਸਾਹਿਬ ਨੇ, ਗਲਤ ਹੈ। ਇਹ ਗੁਰੂ ਦਾ ਤਵਾਲ ਹੈ, ਤੁਸੀਂ ਉਹਦੀ ਜਾਣ ਲੱਗਦੇ ਹੋ। ਸਾਰਿਆਂ ਨੇ ਆਪਣੀ ਭਰਨੀ ਹੈ, ਕਲਗੀ ਪਰ ਪਾਤਸ਼ਾਹ ਦਾ ਸਾਰਿਆਂ ਨੂੰ ਹੀ ਹੁਕਮ ਹੈ। ਮੇਰੇ ਗੁਰਦੇਵ ਦੇ ਹੁਕਮ ਨੂੰ ਦੁਹਰਾਉਣ ਦਾ ਮੈਂ ਰਸਨਾਬਾਦੀ ਨਾ ਰਹੇ, ਪਤਾ ਲੱਗੇ ਉਹ ਖਾਦੇ ਪਕੌੜਿਆਂ ਦਾ ਹੀ ਬੁੱਲ ਜੋੜਦੀ ਹੈ, ਚਾਰ ਅੱਠ ਖਾਦੇ ਨੇ, ਗੁਰੂ ਘਰ ਨਗਰ ਕੁੱਟ ਵਰਤ ਰਿਹਾ ਤੇ ਕਮੀ ਹੈ, ਆਨੰਦ ਨਾਲ ਬੈਠੇ ਕਿੰਨਾ ਸ਼ਾਂਤ ਨੇ ਮਾਹੌਲ ਬਣਿਆ, ਨਾ ਗਰਮੀ ਨਾ ਸਰਦੀ, ਤੇ ਗੁਰੂ ਦੀ ਗੱਲ ਤੇ ਕਰੀਏ ਤੇ ਕਰ ਨਹੀਂ ਸਕਦੇ ਸੁਣੀਏ, ਆਓ ਸੁਣਨ ਦਾ ਯਤਨ ਕਰੀਏ। ਗੁਰਦੇਵ ਦੇ ਹੁਕਮ ਨੂੰ ਸਿਰ ਮੱਥੇ ਤੇ ਮੰਨੋ, ਕੋਈ ਰਸਨਾਬਾਦੀ ਨਾ ਰਹੇ, ਮੈਨੂੰ ਦੁਬਾਰਾ ਬੇਨਤੀ ਨਾ ਕਰਨੀ ਪਵੇ, ਸਭ ਸਿੱਖਣ ਕੋ ਵੀਡੀਓ ਬਾਅਦ ਵੀ ਆਈ, ਉਹੀ ਸੁਣ ਰਿਹਾ ਉਹ ਜਿਹੜੀ ਸੁਰ ਗਾਉਣ ਵਾਲੇ ਸੱਦੇ ਤੇ ਗਾਉਣ ਵਾਲੇ ਘਰ ਤੁਸੀਂ ਲਿਆਉਂਦੀਆਂ ਨੂੰ ਸੁਣ, ਸਭ ਸਿੱਖਣ ਕੋ ਗੁਰੂ ਮਾਨਿਓ, ਸਿਰ ਮੱਥੇ ਤੇ ਮੰਨੋ, ਪਾਓ ਗਲਤ ਪੱਲਾ, ਲੋ ਤਰਲਾ ਚੁਕਾਓ, ਸੀ ਸ਼ਬਦ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਣਾਓ ਮਾਤਾ, ਕੋਈ ਕਹਿਣ ਦੀ ਆਗਿਆ ਮੈਂ ਕੋਈ ਇੱਕੇ ਵਾਰ ਕਹਿਣ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੱਥੇ ਤੋਂ ਪਾਵ ਹੈ ਸਾਂਝ ਬਣਨੀ, ਇੱਕ ਨਾਤਾ ਬਣਨਾ, ਇੱਕ ਰਿਸ਼ਤਾ ਬਣਨਾ, ਯਾਦ ਰੱਖਿਆ ਜੀ ਤੁਸੀਂ ਆਪਣੀਆਂ ਗੱਲਾਂ ਕਰੀ ਜਾਓ, ਅਸੀਂ ਆਪਣੀਆਂ ਗੁਰੂ ਦੀ ਗੱਲ ਕਰਕੇ ਤੁਹਾਡੇ ਤੋਂ ਨਿਕਲੇ, ਰਾਹ ਕਰੀ ਬਾਹੋਂ ਪਕੜ ਕੇ ਕਿਸੇ ਨੂੰ ਵੀ ਆਖਿਆ ਜਾ ਸਕਦਾ ਕਿ ਆ ਤੈਨੂੰ ਗੁਰੂ ਦੀ ਗੱਲ ਸੁਣਾਉਂਦੇ ਆ, ਤੈਨੂੰ ਗੁਰੂ ਵਾਲਾ ਬਣਾਉਂਦੇ ਆ, ਨਹੀਂ। ਇੰਨੀ ਦੇਰ ਤੱਕ ਤੁਹਾਡੇ ਵਿੱਚ ਕੋਈ ਨਾਤਾ ਨਹੀਂ, ਰਿਸ਼ਤਾ ਨਹੀਂ, ਉਨੀ ਦੇਰ ਤੱਕ ਤੁਸੀਂ ਗੁਰੂ ਦੀ ਗੱਲ ਕਹਿ ਤੇ ਸਕਦੇ ਪਰ ਮੰਨ ਨਹੀਂ ਸਕਦੇ। ਸਾਹਿਬ ਕਿਤੇ ਸੁਣ ਕੇ ਜੇ ਤੁਸੀਂ ਮੰਨਿਆ ਨਹੀਂ ਤੇ ਫਿਰ ਤੁਹਾਡੇ ਮਨ ਦੇ ਅੰਦਰ ਭਾਉ ਨਹੀਂ ਪੈਦਾ ਹੋਇਆ, ਜੇ ਤੁਹਾਡੇ ਮਨ ਅੰਦਰ ਭਾਉ ਨਹੀਂ ਪੈਦਾ ਹੋਇਆ ਇਹ ਗੱਲ ਯਾਦ ਰੱਖਿਆ ਜੇ ਭਾਉ ਤੋਂ ਬਿਨਾਂ ਭਗਤੀ ਨਹੀਂ ਹੋ ਸਕਦੀ, ਜੇ ਭਗਤੀ ਨਹੀਂ ਤੇ ਫਿਰ ਭਗਤੀ ਤੋਂ ਬਿਨਾਂ ਸ਼ਕਤੀ ਵੀ ਨਹੀਂ ਆ ਸਕਦੀ। ਸੁਣਿਆ ਮੰਨਿਆ ਮਨ ਕੀਤਾ ਭਾਉ, ਇਹ ਪੜ੍ਹਨ ਮਾਤਰ ਨਹੀਂ, ਇਹ ਸੁਣਨਾ ਹੈ, ਸਭ ਤੋਂ ਪਹਿਲਾਂ ਸੁਣ ਦੀ ਮਰਿਆਦਾ ਹੈ, ਜੇ ਨਹੀਂ ਪੜ੍ਹ ਸਕਦੇ ਤੇ ਉਸ ਤੋਂ ਬਾਅਦ ਸੁਣ ਕੇ ਫਿਰ ਮੰਨਣਾ, ਸੁਣਿਆ ਮੰਨਿਆ ਮਨ ਕੀਤਾ ਭਾਉ, ਫਿਰ ਅੰਦਰ ਭਾਉ ਰੱਖਣਾ ਹੈ ਗੁਰੂ ਦਾ। ਇਹ ਤੋਂ ਕੋਈ ਭਾਉ ਭਾਵਣੀ ਵਾਲੀ ਗੱਲ ਸੀ ਥੋੜ੍ਹੀ ਦੇਰ ਪਹਿਲਾਂ, ਆਪੋ ਆਪਣੇ ਵਿਆਹ ਜਿਹੜਾ ਪਿਛਲੀ ਜ਼ਿੰਦਗੀ ਤੋਲੇ ਬਣਾ ਕੇ ਆਦਾ ਗੁਰੂ ਦੀ ਦੂਰੀ ਹੈ, ਗੁਰੂ ਦੀ ਬਾਗ ਹੈ, ਕੌਮ ਦੂਜਿਆਂ ਨੇ ਤੇ ਕਹਿਣਾ ਹੀ ਹੈ, ਤੁਸੀਂ ਆਪਣਿਆਂ ਨੂੰ ਵੀ ਸਮਝਾ ਸਕੇ ਸਾਨੂੰ।